ਸਾਜਾ ਸਰਵ ਕੀ ਹੱਚਾ ਸਾਜਾ ਸਰਵ ਕੀ ਹੱਚਾ ਸੌਗਤ ਅੱਡੇ ਗੱਲਾਂ ਬਾਤ ਦੇ ਰੋਮਾਂਚਿਕ ਮਿਆਂਕੋ ਮਾਨੀ ਸੀਰੀਜ਼ ਦੇ ਵਾਚ ਰਮਾਨੀ ਨੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਵਲੌਗ ਚੈਨਲ ਬਖੋਲ ਲਿਆ ਉਹਦਾ ਕਮੈਂਟਾਂ ਚ ਪੁੱਛੀ ਜਾਣਗੇ ਕਿਹੜਾ ਲੱਭ ਜੂਗਾ ਕੋਈ ਨਾ ਇਹਦੇ ਵਲੌਗ ਮੋਰੇ ਆ ਹੀ ਜਾਣੇ ਤੁਹਾਨੂੰ ਪਤਾ ਜੇ ਤੁਸੀਂ ਰੋਮਾਂਚਿਕ ਵੇਖਿਆ ਕਰੋ ਤੁਸੀਂ ਵਲੌਗਾਂ ਤੋਂ ਕੀ ਲੈਣਾ ਆ ਸੋ ਫਾਈਨਲੀ ਦੀਦੀ ਜੀ ਨੇ ਉਹਦਾ ਵਲੌਗ ਚੈਨਲ ਖੋਲ੍ਹ ਲਿਆ ਤੇ ਅਪਡੇਟ ਦੇਣ ਆਏ ਆ ਦੀਦੀ ਜੀ ਟੀਜ਼ਰ ਆਇਆ ਇਨਫੋ little info about me be aware of fake accounts ah I mani corona vlogs uh, channel da naam pata lag gaya chalo promotion karti veela man ni kari hmm gussa ni karna hun kise gal da kar ve lengi ta kiddi gal fake accounts little info acha oh, fake fake accounts hi ban lagge aur real tade ture ni huje ta hi fake pehla hi ban lagge main vi keh da kar fake accounts bane hoye mere fake account wale ki kar lenge tadda content chak ki parange ਤੁਹਾਡੇ ਘਰੇ ਬੈਠਿਆਂ ਦੀ ਵੀਡੀਓ ਸ਼ੂਟ ਕਰਕੇ ਥੋੜੀ ਪਾ ਦੇਣਗੇ ਗਵਾਂਡ ਚ ਕੋਈ ਫੇਕ ਅਕਾਊਂਟ ਖੋਲੀ ਬੈਠਾ ਹਾਂ ਨਹੀਂ ਸ਼ਾਟ ਤੇ ਫਿਰ ਦੀ ਉਹਦੀ ਵੀਡੀਓ ਪਾ ਦੋ ਫੇਕ ਅਕਾਊਂਟ ਤੇ ਨਹੀਂ ਹੂੰ ਟੀਜ਼ ਇਹ ਟੀਜ਼ਰ ਤਾਂ ਨਹੀਂ ਆਇਆਤਾ ਜਿਵੇਂ ਮੂ ਸਟੇ ਪਾਉਣ ਵਾਲੀ ਹੁੰਦੀ ਹੈ ਦੀ ਕਮਾਲ ਦੀ ਗੱਲ ਹੈ ਵੈਸੇ ਤੂੰ ਵਲੌਗ ਪਾ ਦਿੰਦੀ ਨਾ ਸਿੱਧਾ ਹੂੰ ਟਾਈਮ ਬੜਾ ਲਾਈ ਜਾਂਦੇ ਇੱਕ ਤਾਂ ਉਹੀ ਵਲੌਗ ਸੀ ਜਿਹੜਾ ਰੋਂਦੋਂ ਨਾਲ ਚੱਲ ਗਏ ਨਹੀਂ ਹੁਣ ਸਾਰੇ ਸੋਸੋ ਕੀ ਜਾਣਗੇ ਐਨੇ ਚੰਗੇ ਦਿਨ ਵੀ ਨਹੀਂ ਆਣ ਲੱਗੇ ਆ ਆਓ ਵੇਖੀ ਕੀ ਕਹਿੰਦੀ ਹੈ ਵਿੱਚ ਉਧਰ ਭਾਜੀ ਟੈਨਸ਼ਨ ਚਾ ਭਾਜੀ ਵਲੌਗ ਹੀ ਨਹੀਂ ਪਾਉਂਦੇ ਕੋਈ ਹਜੇ ਹਮ ਬੇਪਾਜੀ ਵਲੌਗ ਪਾਵੇ ਚੰਡੀਗੜ੍ਹ ਚ ਰਹਿ ਕੇ ਮੈਂ ਵਾਪਸ ਚੱਲਿਆ ਘਰ ਜੇ ਇਹ ਵੋ ਲਟਰਨ ਬਟਰਮ ਮੈਂ ਆ ਕਹਣਾ ਜ਼ਿੰਦਗੀ ਸਫਲ ਕਰਦੇ ਕਰਦੇ ਹੋ ਤਾਂ ਸਵਾਉ ਸ਼ੁਰੂ ਕਰੀਏ ਗੱਲਾਂ ਬਤਦਾ ਰੂਮਾਂਚਿਕ ਮੈਂ ਕੋ ਹਮਨੀ ਸੀਰੀਜ਼ ਕੁੱਟੇ ਦਿਲਾਂ ਦੀ ਦਵਾਈ ਲੈ ਲਓ ਦੋਸਤੋ ਠੇਕਿਆਂ ਤੋਂ ਨਹੀਂ ਮਿਲਦੀ ਠੇਕਿਆਂ ਤੋਂ ਹਮ ਲੱਗਦੇ ਚਲੋ ਆਓ ਸ਼ੁਰੂ ਕਰੀਏ ਵੇਖੀ ਕੀ ਕਹਿੰਦੀ ਹੈ ਸੋ ਹੈ ਗਾਇਜ਼ ਵੈਲਕਮ ਟੂ ਮਾਈ ਅਫੀਸ਼ੀਅਲ ਯੂਟਿਊਬ ਚੈਨਲ ਹਿਮਾਨੀ ਖੁਰਾਨਾ ਵਲੌਗਸ ਅਫੀਸ਼ੀਅਲ ਕਦੋਂ ਤੋਂ ਹੋ ਗਿਆ ਹਮ ਚੀ ਆਫੀਸ਼ੀਅਲ ਵਰਡ ਤੁਸੀਂ ਯੂਜ਼ ਕਰਕੇ ਲੈਣੇ ਹੋ ਸਮਝ ਨਹੀਂ ਹੁੰਦੀ ਆਫੀਸ਼ੀਅਲ ਆਫੀਸ਼ੀਅਲ ਦਾ ਮਤਲਬ ਪਤਾ ਕੀ ਹੁੰਦਾ ਇਹ ਤਾਂ ਆਈਲੈਸ ਵੀ ਨਹੀਂ ਦੱਸਦੇ ਆਫੀਸ਼ੀਅਲ ਦਾ ਮਤਲਬ ਕੀ ਹੈ ਕਮਰੇ ਨਾਲ ਬਣਾਉਣ ਲੱਗ ਹੀ ਲੱਗਦਾ ਕਿ ਆਈਫੋਨ ਕਿਹੜਾ ਉਹਦਾ ਉਹ ਯੂਜ਼ ਕਰ ਲਿਆ ਬਲਰ ਮੋਡ ਔਨ ਕਰ ਲਿਆ ਯਾਰ ਸ਼ਰ ਹੋ ਕੇ ਕਮਾਲ ਦੀ ਗੱਲ ਐਕਸਟੈਂਸ਼ਨ ਐਕਸਟੈਂਸ਼ਨਾਂ ਵੀ ਲੱਗੀਆਂ ਲੱਗਦਾ ਟੁੱਟੀ ਆ ਕੋਈ ਚੱਕਰ ਨਹੀਂ ਫਿਰਕੀ ਸਾਰੀ ਦੁਨੀਆ ਦੀ ਟੁੱਟਦੀ ਆ ਸਾਡੀ ਟੁੱਟ ਗਈ ਤੇ ਕਿੰਨੀ ਗੱਲ ਦੱਸ ਕਮਾਲ ਹੋ ਗਈ ਜਿਉਣਾ ਛੱਡਦੀ ਹੁਣ ਅਸੀਂ ਆ ਇਹ ਤਾਂ ਇੰਨੇ ਤਾਂ ਸੁਨੇਹਾ ਨੇ ਮੈਨੂੰ ਡਿਜ਼ਾਈਨ ਚੇਂਜ ਕਰਾਈ ਜਿੰਨੇ ਇਹਨੇ ਕਰਾਤੇ ਹੋਂਡ ਹੂੰ ਚਲੋ ਇਮਾਨੀ ਖੁਰਾਣਾ ਵਲੌਗਸ ਇਹ ਇੰਟਰ ਨਹੀਂ ਆਈ ਅੱਗ ਹੀ ਆਈ ਹੈ ਚਲ ਹੂੰ ਕਾਫੀ ਫੇਕ ਅਕਾਊਂਟ ਬਣ ਗਏ ਕੋਈ ਚੱਕਰ ਨਹੀਂ ਜੋ ਹੋ ਗਿਆ ਸੋ ਹੋ ਗਿਆ ਪਰ ਐਕਸਲ ਨਹੀਂ ਜਣਾ ਚਾਹੀਦਾ ਫੇਕ ਅਕਾਊਂਟ ਬਣ ਕੇ ਕੀ 400 ਕੇ ਫੋਲੋਅਰ ਹੋ ਗਏ ਉਹਨਾਂ ਦੇ ਹੂੰ ਫੇਕ ਅਕਾਊਂਟ ਬਣ ਗਏ ਸਾਡੇ ਤਾਂ ਅਜੇ ਤੱਕ ਬਣੇ ਹੀ ਨਹੀਂ ਅਸ ਤੱਕ ਤਾਂ ਕਿਹਾ ਹੀ ਨਹੀਂ ਜੇ ਬਣ ਵੀ ਜਾਵੇ ਫਿਰ ਵੀ ਉਹ ਮੈਸੇਜ ਕਰ ਦਿੰਦਾ ਬਾਈ ਮੈਂ ਹੀ ਬਣਾਇਆ ਤੇਰੇ ਨਾਂ ਤੇ ਅਕਾਊਂਟ ਮੈਂ ਤੇਰੀ ਪੋਸਟਾਂ ਪਾ ਦੇ ਕਰੂ ਮੈਂ ਆ ਕੇ ਚਲ ਪਾ ਦੇ ਯਾਰ ਕੋਈ ਨਾ ਉਹ ਵੀ ਮਹੀਨੇ ਬਾਅਦ ਹਟ ਜਾਂਦੇ ਆ ਪਰ ਫੇਕ ਅਕਾਊਂਟਸ ਦੀਪਿਕਾ ਪਾਦੂ ਕੋਣੀ ਬਣੀ ਫਿਰਦੀ ਆ ਹੂੰ ਤੇ ਜੋ ਮੇਰਾ ਇੰਸਟਾਗ੍ਰam ਦਾ ਵੀ ਅਫੀਸ਼ੀਅਲ ਹਾਂ ਮਿਸ ਪੂਜਾ ਉਹਦਾ ਮੈਂ ਲਿੰਕ ਆਪਣੇ YouTube ਦੇ ਅਬਾਊਟ ਵਿੱਚ ਮੈਂਸ਼ਨ ਕੀਤਾ ਹੈ ਸਾਰੇ ਜਾਣੇ ਜਾਂ ਜਾਨੀ ਇੱਕ ਵਾਰ ਇਹਨੂੰ ਚੈੱਕ ਕਰ ਲੋ ਤੇ ਫੋਲੋ ਵੀ ਕਰ ਲੋ ਤੇ ਮੇਰੇ YouTube ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਅੱਗੇ ਆਉਣ ਵਾਲੇ ਮੇਰੇ ਸੋਹਣੇ ਸੋਹਣੇ ਵਲੌਗਸ ਤਾਂ ਹੋ ਇਸੇ ਚੈਨਲ ਤੇ ਦੇਖਣ ਵਾਸਤੇ ਤੇਰੇ ਵਲੌਗ ਵੈਸੇ ਚੱਲ ਜਾਣਗੇ ਤੇਰੇ ਕੋਲੇ ਆ ਪਰਸ਼ੋਤਮ ਇਹ ਤੁਸੀਂ ਘਰੇ ਵਾਈਟ ਸੌਸ ਪਾਸਤਾ ਬਣਾਇਆ ਜਦੋਂ ਆ ਚੱਲ ਜਾਣਾ ਕੰਮ ਤੁਹਾਡਾ ਕੋਈ ਗੱਲ ਨਹੀਂ ਬਾਕੀ ਉੱਤੋਂ ਪ੍ਰਮਾਣਿਤ ਕਰਦਿਆ ਕਰਾਂਗੇ ਗਨਿਸ਼ ਕਰਕੇ ਕੋਈ ਚੱਕਰ ਨਹੀਂ ਬਣਾ ਆ ਜਲਦੀ ਵਲੌਗ ਨਹੀਂ ਲੇਟ ਕਾ ਤੋ ਜੰਨੀ ਕਿੱਥੇ ਬਿਜ਼ੀ ਐ ਐਕਸਟੈਂਸ਼ਨਲ ਵਾਂਚ ਬਿਜ਼ੀ ਐ ਕਿ ਪੇਪਰ ਉੱਪਰ ਚੱਲੀ ਜਾਂਦੇ ਕੋਈ ਤੇਰੇ ਪਲੱਸ 2 ਦੇ ਉਹ ਤਾਂ ਅਜੇ ਸ਼ੁਰੂ ਨਹੀਂ ਹੋਏ ਇਹ ਕੀ ਚੱਕਰ ਹੈ ਬਿਜ਼ੀ ਲੱਗਦੀ ਮਨ ਕਿਤੇ ਸੋਹਣੇ ਸੋਹਣੇ ਵਲੌਗਸ ਚਲੋ ਸੋਹਣੇ ਸੋਹਣੇ ਵੇਖ ਲਾਂਗੇ ਫਿਰ ਕੀ ਹੁੰਦਾ ਕਿਉਂਕਿ ਹਮ ਟਾਈਮ ਹੈ ਆਪਣੇ ਦਮ ਤੇ ਕੁਝ ਆਪਣੇ ਵਾਸਤੇ ਤੇ ਆਪਣੀ ਫ ਹਾਂ ਇਹ ਤਰ੍ਹਾਂ ਅਪਲਾਈ ਕਰੀ ਜਾਂਦੀ ਇੱਕ ਸ਼ਬਦ ਆਪਣੇ ਦਮ ਤੇ ਕੁਝ ਆਪਣੇ ਵਾਸਤੇ ਤੇ ਆਪਣੀ ਫੈਮਿਲੀ ਲਈ ਕਰ ਤੇ ਉਦੋਂ ਯਾਦ ਨਹੀਂ ਆਇਆ ਜਦੋਂ ਅਲੜ ਉਮਲੇ ਇਸ਼ਕ ਲਾਇਆ ਸੀਗਾ ਉਦੋਂ ਤਾਂ ਪ੍ਰਪੋਜ਼ ਵੀ ਤੂੰ ਕੀਤਾ ਸੀਗਾ ਉਦੋਂ ਤਾਂ ਪਤਾ ਨਹੀਂ ਸੀਗਾ ਆਪਣੇ ਦਮ ਤੇ ਆਪਣੀ ਫੈਮਿਲੀ ਲਈ ਕੁਝ ਆਪਣੇ ਲਈ ਹੀ ਕਰਨਾ ਚੱਲ ਆਪਣੇ ਲਈ ਲਿਖਦੇ ਹਾਂ ਕਿ ਮੈਲ ਖੜਾ ਹੁੰਦਾ ਲੱਗ ਰਹੀ ਹੈ ਕਿ ਮੈਂ ਕਿਸੇ ਦੇ ਥਰੂ ਇੱਥੇ ਆਈਆਂ ਜਿੱਥੇ ਵੀ ਆਈਆਂ ਤੇ ਤੁਹਾਨੂੰ ਇਹ ਵਿੱਚ ਲੱਗ ਰਹੀ ਹੈ ਤੂੰ ਕਿਸੇ ਦੇ ਥਰੂ ਹੀ ਆਈ ਹੈ ਮੈਂ ਹੁਣ ਉਹਦੇ ਹੱਕ 'ਚ ਨਹੀਂ ਬੋਲਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਸਨੇਹਾ ਇਹ ਸਨੇਹਾ 2.0 ਹੀ ਹੈ ਵੀ ਚੱਲ ਬਸ ਯਰ ਆਇਆ ਤਾਂ ਹੋ ਜਾਂਦਾ ਤੂੰ ਇੱਕ ਚੀਜ਼ ਵੇਖ ਜੇ ਤੇਰੀ ਮੈਂਕ ਨਾ ਗੱਲ ਨਾ ਹੁੰਦੀ ਤੂੰ ਪ੍ਰਪੋਜ਼ਨਾ ਕਰਦੀ ਤੂੰ ਇੰਨੀ ਫੇਮਸ ਹੋ ਜਾਂਦੀ ਤੇਰੇ ਰਮਾਂਚਿਕ ਪ੍ਰੋਗਰਾਮ ਆ ਜਾਂਦੇ ਨਹੀਂ ਨੈ ਵਰ ਚਾਵੇਂ ਨਹੀਂ ਮੈਂਕ ਕਿਹੜਾ ਆਉਦੇ ਸਿਰ ਤੇ ਉਹ ਐਂਜਲ ਦੇ ਸਿਰ ਤੇ ਆ ਉਹ ਤਾਂ ਕਿਹੜਾ ਆਉਦਾ ਸਟੈਂਡ ਹੈ ਕੋਈ ਉਹ ਵੀ ਨਹੀਂ ਆਉਦਾ ਸਿਰ ਤੇ ਹੈਗਾ ਬਚਾਰਾ ਉਹ ਵੀ ਐਂਜਲ ਦੇ ਸਿਰ ਤੇ ਹੀ ਐਂਜਲ ਦੇ ਵਲੌਗ ਪਾਪਾ ਚੱਲਿਆ ਫੇਰ ਆਪਾਂ ਨਾਲ ਆ ਗਈ ਜੀ ਐਂਜਲ ਮੈਂ ਟੁੰਨਾ ਜੀ ਘਰੇ ਚਲਣਾ ਟੁੰਨਾ ਵੀ ਨਹੀਂ ਆਉਦੇ ਸਿਰ ਤੇ ਇਹ ਕਿਹਦੇ ਸਿਰ ਤੇ ਹੈ ਯਾਰ ਹੂੰ ਇਸ ਬਤਨ ਲੱਗ ਜੇਗੀ ਕਿ ਮੈਂ ਆਪਣੇ ਚੈਨਲ ਦੀ ਸਟਾਰਟਿੰਗ ਆਪ ਕੀਤੀ ਆ ਆਪਣੇ ਦਮ ਤੇ ਹੀ ਕੀਤੀ ਆ ਅੱਛਾ ਤੇ ਇਸ ਕਰਕੇ ਹੁਣ ਉਹ ਆਪਣਾ ਦਮ ਦਮ ਜ਼ਿਆਦਾ ਹੀ ਆ ਗਿਆ ਪੋਪਾ ਇਹ ਵਾਲਾ ਕਿਤੇ ਕੋ ਤਾਂ ਨਹੀਂ ਖਾ ਲਈ ਸਾਗ ਤਾਂ ਨਹੀਂ ਖਾ ਲਿਆ ਇਹ ਤਾਂ ਇਹ ਤਾਂ ਰਿਪਲਾਈ ਕਰਨ ਨਹੀਂ ਆਈ ਐ ਇੱਕ ਸਭ ਦੀ ਇੰਟਰੋ ਵਿੱਚ ਵੀ ਆਪਣੇ ਦਮ ਤੇ ਹੋ ਗਈਆਂ ਚਾਲ ਇਹਨੂੰ ਐ ਲੱਗਦਾ ਵੀ ਮੈਂ ਸੁਨੇਹਾ ਵਾਂਗੂ ਕਾਮਯਾਬ ਹੋ ਜਾਂਗੀ ਮੈਂ ਵੀ ਅਮਰੀਕਾ ਜਾ ਕੇ ਬਹਿ ਜੂੰਗੀ ਚੱਲ ਜੇਂਗੇ ਤਾਂ ਵਧੀਆ ਤੇਰਾ ਵੀ ਹੁਣ ਟੈਟੂ ਦਾ ਕੀ ਬਣਿਆ ਚੱਲ ਪਿਆ ਹਜੇ ਯਾ ਵਾਹ ਹੂੰ ਵੀਡੀਓ ਬਾਤਾਂ ਨੂੰ ਮੇਰੇ ਵਧੀਆ-ਵਧੀਆ ਵਲੌਗਸ ਦੇਖਣ ਨੂੰ ਮਿਲ ਜਾਣਗੇ ਕਦੋਂ ਮਿਲਣਗੇ ਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇੱਕ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤੇ ਮੇਰੀ ਇਹ ਵੀਡੀਓ ਨੂੰ ਵੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਬਾਏ 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 ਲੱਗ ਗਈ ਫਾਈਲ ਲੱਗਦਾ ਬਾਏ ਬਾਏ ਉਹ ਵਿਚਾਰਾ ਕਰੀ ਜਾਂਦਾ ਵਾਪਸ ਆ ਜਾ ਆ ਹੋ ਗਿਆ ਉਹ ਹੋ ਗਿਆ ਬਾਏ 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 ਗਾਇਜ਼ ਜਲਦੀ ਵਲੌਗ ਆਉਣਗੇ ਸੀਰੀਜ਼ ਟੁੱਟਣ ਲੱਗੀ ਸੀਰੀਜ਼ ਦਾ ਦੋ ਆਇਆ ਕਰਨੀ ਆ ਕਿਉਂਕਿ ਇਹਨਾਂ ਨੇ ਵੀ ਰੋਟੀ ਖਾਣੀ ਆ ਆਖਰ ਵਲੌਗ ਤਾਂ ਪਾਣੀ ਪੀਣੇ ਆ ਫਿਰ ਚੱਲ ਆਓ ਵੀ ਦੀ ਰੀਲਾਂ ਵਿਖਾਈਏ ਇਹਦੀਆਂ ਤੇ ਉਹਦੀਆਂ ਰੀਲਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ ਉਹ ਵਿਚਾਰਾ ਰੋਈ ਰੋਈ ਜਾਂਦਾ ਇਹ ਪ੍ਰੋਮੋਸ਼ਨਾਂ ਦੇ ਵੱਟ ਕੱਢੀ ਹੁੰਦੀ ਮੈਨੂੰ ਲੱਗਦਾ ਸਾਰੀਆਂ ਪ੍ਰੋਮੋਸ਼ਨਾਂ ਇਹਨੂੰ ਮਿਲਣ ਲੱਗ ਗਈਆਂ ਉਹਦੀਆਂ ਜਾਂ ਪ੍ਰੋਮੋਸ਼ਨ ਵਾਲੀ ਮੇਲ ਆਈਡੀ ਜਾਂ ਆਈਡੀ ਇਹਦੇ ਕੋਲੇ ਚਲਦੀ ਹੋਣੀ ਹੈ ਹਾਂਜੀ ਅੱਗੇ ਤਾਂ 600 ਲੈਂਦੇ ਸੀ ਹੁਣ ਮੈਂ 500 ਚੱਕਲੇ ਹੀ ਕਰ ਦਾਂਗੀ ਕੋਈ ਚੱਕਰ ਨਹੀਂ ਤੁਸੀਂ ਭੇਜੋ ਰੀਲ ਕਿਹੜੀ ਬਾਣੀ ਆ ਹਮ ਕੰਮ ਨਹੀਂ ਰੁਕਣੇ ਚਾਹੀਦੇ ਜ਼ਿੰਦਗੀ ਦੀ ਕੀ ਹੈ ਰਿਲੇਸ਼ਨ ਟੁੱਟਦੇ ਟੁੱਟਦੇ ਜੁੜਦੇ ਹੀ ਰਹਿੰਦੇ ਕੋਈ ਗੱਲ ਨਹੀਂ ਆ ਚਲੋ ਆਓ ਹੁਣ ਆਪਾਂ ਇਹਦੀਆਂ ਮਾਨੀ ਦੀ ਰੀਲਾਂ ਵੇਖਣੀਆਂ ਪਹਿਲਾਂ ਕਿ ਮਿਆਂ ਕਦੀਆਂ ਵੇਖਣੀਆਂ ਹੂੰ ਮਾਨੀ ਦੇ ਵਿਖਾ ਦਨੇ ਤੁਹਾਨੂੰ ਪਹਿਲਾਂ ਕਿਉਂਕਿ ਮਿਆਂ ਤਾਂ ਰੋਈ ਜਾਂਦਾ ਨਾ ਸੈਡ ਮੋਡ ਚੱਲੀ ਜਾਂਦਾ ਵਿਚਾਰੇ ਦਾ ਹਜੇ ਫਿਰ ਇਹ ਰਿਪਲਾਈ ਕਰੂਗਾ ਅਬੇ ਜਾ ਨਾ ਜਾਣਾ ਮੈਨੂੰ ਡਰ ਲੱਗਦਾ ਪਰ ਹੋਰ ਗੱਲਾਂ ਦੀ ਗੱਲਾਂ ਇੱਕ ਗੱਲ ਜ਼ਰੂਰ ਪੱਕੀ ਹੈ ਕਿ ਇਨੇ ਕਮੈਂਟ ਨਹੀਂ ਔਨ ਕੀਤੇ ਇਹਨੂੰ ਪਤਾ ਲੋਕ ਕਮੈਂਟ ਤਾਂ ਔਨ ਕਰ ਦਿੰਦੀ ਜਿਹੜਾ ਤੇਰਾ ਦੂਜਾ ਸੀ ਪਰ ਲੋਕਾਂ ਨੇ ਗੌਲਾਂ ਹੀ ਬੜੀਆਂ ਕੱਟ ਰੱਖੀਆਂ ਸੀ ਗੇੜਾ ਹੀ ਦੇ ਰੱਖਿਆ ਸੀਗਾ ਇੰਨੀਆਂ ਗੱਲਾਂ ਨਹੀਂ ਕੱਟਣੀਆਂ ਚਾਹੀਦੀਆਂ ਵੈਸੇ ਚਲੋ ਲੋਕਾਂ ਦੀ ਮਰਜ਼ੀ ਹੈ ਲੋਕਾਂ ਨੂੰ ਆਪਾਂ ਕੀ ਕਹੀਏ ਟਾਈਮ ਨਾਲ ਹੀ ਚੈਨਲ ਬਣਾਇਆ ਕਮੈਂਟ ਹੀ ਆਫ ਕਰਤੇ ਜਾਣ ਦੇ ਡਿਸਲਾਈਕ ਤਾਂ ਪਹਿਲਾਂ ਹੀ ਚੱਕੇ ਗਏ ਕਮੈਂਟ ਵੀ ਆਫ ਪਤਾ ਲੱਗਣਾ ਕਿਸੇ ਨੂੰ ਆਹ ਬੜੀਆਂ ਰੀਲਾਂ ਵੇਖੀ ਆ ਲੈ ਜੁਗ ਰਹਿਣ ਵਸਦੇ ਤੱਤੇ ਆ ਕੀ ਹੈ ਇੰਨਾ ਲੰਬਾ ਤਾਂ ਕੁੜੀਆਂ ਜੈਂਪਰ ਨਹੀਂ ਪੌਂਦੀ ਜਿੰਨਾ ਤੇਰਾ ਵੀਰਾ ਟੀ-ਸ਼ਰਟ ਸ਼ਰਟ ਜੀ ਪਾਈ ਫਿਰ ਅਲ ਅੱਛਾ ਇਹ ਹੁਣ ਇਹ ਨਾਲ ਜੁੜ ਗਏ ਇਹ ਠੀਕ ਆ ਮਿਆਂਕੀ ਵਿਚਾਰਾ ਕੱਲਾ ਰਹਿ ਗਿਆ ਚਲੋ ਅਗਲੀ ਕਹਿੰਦੇ ਮੁੰਡੇ ਕਹਿੰਦੇ ਪਾਂਗ ਆ ਗਈ ਵੇ ਪਾ ਕੇ ਪੁਦੀਨਹਰਾ ਸੂਟ ਬਿੱਲੋਂ ਦੇਸਾ ਗੜੇ ਇਹ ਪੁਦੀਨਹਰਾ ਸੂਟ ਆ ਕਲਰ ਕਲੈਕਸ਼ਨ ਚੇਂਜ ਹੋ ਗਈ ਹੈ ਇਹਦੀ ਮੈਨ ਲੱਗਦਾ ਇਹਦੇ ਰੰਗ ਉੱਡ ਗਏ ਹੈ ਜ਼ਿੰਦਗੀ ਦੇ ਬਾਕੀ ਠੀਕ ਆ ਰੀਲਾਂ ਤਾਂ ਵੱਟ ਰੀਲਾਂ ਦੇ ਤਾਂ ਪੂਰੇ ਵੱਟੇ ਚੱਲੇ ਜਾਂਦੇ ਆ ਤੇ ਹਮ ਬਖਸ਼ਦੀ ਨਹੀਂ ਵੀ ਕਿਸੇ ਨੂੰ ਉੱਪਰ ਕਮੈਂਟ ਸਾਰੇਾਂ ਚੀਓਫਾ ਦੋ ਤਿੰਨ ਕਮੈਂਟ ਹੀ ਹੁੰਦੇ ਆ ਬਸ ਮੇਨ ਮੇਨ ਜੇ ਹੋਰ ਕੋਈ ਚੱਕਰ ਨਹੀਂ ਅਗਲੀ ਵੇਖੀਏ ਨਿਕੋਕਾ ਦੇਖ ਦਿਲ ਮੰਗਦਾ ਦਿਲ ਮੰਗ ਹਜੇ ਵੀ ਦਿਲ ਮੰਗਦਾ ਹੂੰ ਹੁਣ ਤਾਂ ਮਾਫੀ ਮੰਗਦਾ ਉਹ ਦਿਲ ਨਹੀਂ ਮੰਗਦਾ ਅਗਲਾ ਕਹਿੰਦਾ ਜੋ ਹੋ ਗਿਆ ਸਭ ਠੀਕ ਆਪਾਂ ਰੱਗ ਗੱਲ ਉਹ ਤੁਸੀਂ ਮੈਨੂੰ ਇੱਕ ਗੱਲ ਦੱਸੋ ਦੋਨੇ ਨੇ ਤੁਸੀਂ ਸੱਚੀ ਟੈਟੂ ਸੋਚ ਕੇ ਬਣਾਏ ਸੀ ਵੀ ਇੱਕ ਹੱਥ ਨਾਲ ਫੋਨ ਫੜਾਂਗੇ ਦੂਜੇ ਚ ਐਂ ਕਰਾਂਗੇ ਤੇ ਟੈਟੂ ਵੇਖਣਾ ਹੀ ਚਾਹੀਦਾ ਇੱਥੇ ਲਿਖਾ ਲੈਣਾ ਸੀ ਨਾ ਉਹ ਤਾਂ ਬੜਾ ਔਖਾ ਹੋ ਜਾਣਾ ਸੀ ਫਿਰ ਹੂੰ ਚਲੋ ਅਗਲੀ ਵੀਡੀਓ ਸਾਨੂੰ ਫਿਕਰ ਨਾ ਹੋਣ ਵਾਲੇ ਕੱਲ ਦੀ ਬੰਦੇ ਆ ਦੇ ਬੇਇੱਜ਼ਤੀ ਮਤਾਨੀ ਕਰ ਧਾਣੀ ਚੱਲ ਪਣੀਆਂ ਪਣੀਆਂ ਸਾਲੀ ਬਣੀ ਰਾਜ ਬਣੀ ਇਹ ਤਾਂ ਵਾਕਈ ਕਹਿੰਦੇ ਬਣੀ ਤੇ ਬਣੀ ਰਹਿੰਦੇ ਵਾਕਈ ਸਹੀ ਗੱਲ ਵਾਕ ਬੇਇੱਜ਼ਤੀ ਵਾਲਾ ਹੈ ਤੁਹਾਡੇ ਚਾਹੀ ਤੱਕ ਪਤਾ ਨਹੀਂ ਲੱਗਿਆ ਗਲਤ ਕੌਣ ਸੀ ਵੈਸੇ ਤਾਂ ਕਹਿੰਦੇ ਉਹੀ ਗਲਤ ਸੀਗਾ ਕਹਿੰਦੇ ਪਏ ਨਾ ਸਾਰੇ ਤੂੰ ਜਿੱਦਾਂ ਆਖਿਆ ਨਾਂ ਲਾਤੇ ਇਹ ਬਹੁਤ ਕੁਛ ਹੈ ਅਗੋ ਵੀ ਆਖ ਦਿੰਦਾ ਨਹੀਂ ਯਾਰ ਮੈਂ ਨਹੀਂ ਕਹਿੰਦਾ ਵਾਕਈ ਉਹਨੇ ਬਹੁਤ ਕੁਛ ਹੈ ਆਪਦੇ ਤੇ ਲੈ ਲਈ ਮਾਂ ਦੇ ਪੁੱਤ ਨਹੀਂ ਗੱਲ ਗਲਤੀ ਤੇ ਚਲੋ ਜਿਹਦੀ ਮਰਜ਼ੀ ਆ ਪਰ ਰੋਲਾ ਤਾਂ ਟੁੱਟੀ ਦਾ ਨਾ ਸਾਹਮਣੀ ਨਹੀਂ ਆਈ ਉਹਨਾਂ ਨੂੰ ਨਿੱਕੀ ਉਮਰੇਸ਼ ਕਲਾ ਲਿਆ ਸੀਗਾ ਅੱਲੜ ਅੱਲੜ ਉਮਰੇ ਵੀ ਨਹੀਂ ਸੀ ਇਹਨਾਂ ਦੀ ਅੱਲੜ ਤੋਂ ਵੀ ਅੱਧੀ ਸੀ ਇਹਨਾਂ ਦੀ ਤਾਂ ਆ ਹੁਣ ਮੈਂ ਕਿ ਦੀ ਰੀਲਾਂ ਵਖਾਵਾ ਤੁਹਾਨੂੰ ਓਏ ਦਾ ਵਿਚਾਰਾ ਸੜੀ ਬੜਾ ਇਹ ਵੀ ਕਿਹੜਾ ਉਹ ਬਿੱਗ ਬਸਟ ਗਿਆ ਮਨਵਰ ਉਹਦੇ ਵਰਗਾ ਬਣਿਆ ਖੜਾ ਦੇਸੀ ਮਨਵਰ ਸ਼ਾਇਰੀਆਂ ਹੀ ਕਰੀ ਜਾਂਦਾ ਪਰ ਸਮਝ ਨਹੀਂ ਆਉਂਦੀਆਂ ਇਹਨਾਂ ਦੀ ਆ ਲੈ ਨਾ ਜਿਵੇਂ ਵੇਫਰ ਜਾਨ ਜਾਂਦੀ ਹੈ ਯਾਦ ਚੱਲੇ ਆਂ ਵਾਪਸ ਵੀਡੀਓ ਤਾਂ ਆ ਮੈਂ ਪਾਈਏ ਸਮਾਨ ਵਾਕਿਆ ਕੌਰ ਤਾਂ ਕਿੰਨਾ ਸਮਾਨ ਲੱਦੀ ਖੜਾ ਹੈ ਓ ਮਾਈ ਗਾਡ ਚੱਲਿਆ ਇਹ ਤਾਂ ਕਰਨ ਵਾਪਸ ਚੱਲਿਆ ਵਿਚਾਰਾ ਕੱਲਾ ਜੀ ਨਹੀਂ ਲੱਗਦਾ ਹੁਣ ਨਾ ਹੁਣ ਵਿਚਾਰਾ ਰਹੂਗਾ ਵੀ ਕਿਵੇਂ ਉੱਥੇ ਕੱਲਾ ਹਨਾ ਚਾ ਲੋ ਟਾਈਟਲ ਕੀ ਪਾਇਆ ਕਿੰਨੀ ਖੁਸ਼ੀ ਖੁਸ਼ੀ ਆਇਆ ਸੀ ਇੱਥੇ ਪਹਿਲਾਂ ਉਹ ਪਹਿਲਾਂ ਨਹੀਂ ਸਾਲਾ ਪਤਾ ਨਹੀਂ ਸੀ ਇੰਨਾ ਦੁਖੀ ਹੋ ਕੇ ਜਾਵਾਂਗਾ ਵਾਪਸ ਦਿਲ ਦੇ ਉੱਤੇ ਪੱਟੀ ਵੱਜੀ ਹੋਈ ਆ ਦਿਲ ਪੱਟੀ ਨਾਲ ਠੀਕ ਹੋ ਜਾਂਦਾ ਡਾਕਟਰ ਹੈਗੇ ਇੱਥੇ ਮੇਰੀ ਵੀਡੀਓ ਦੇਖਣ ਵਾਲੇ ਇਹ ਦਿਲ ਜਿਹੜਾ ਇੱਥੇ ਪੱਟੀ ਬੰਨ ਕੇ ਠੀਕ ਹੋ ਜਾਂਦਾ ਬੀਟਾ ਟੇਨ ਲਾਈਸ ਚਲੋ ਸੋਚਿਆ ਸੀ ਇੱਥੇ ਰਹਿ ਇੱਥੇ ਹੀ ਰਹਿ ਲੈਣਾ ਪਰ ਮੈਨੂੰ 네ਗਟਿਵਿਟੀ ਆਨ ਲੱਗ ਗਈ ਸੀ ਜਿਹਦੇ ਨਾਲ ਆਇਆ ਸੀ ਜਦ ਉਹੀ ਚਲ ਗਿਆ ਫਿਰ ਮੈਂ ਕੀ ਕਰਨਾ ਇੱਥੇ ਰਹਿ ਕੇ ਮੈਂ ਹੀ ਜਾਣਦਾ ਇਹ ਮੈਂ ਹੀ ਜਾਣਦਾ ਇਹ ਤੁੱਖਾ ਸਹੀ ਗੱਲ ਆ ਤੂੰ ਹੀ ਜਾਣਦਾ ਭਰਾਵਾ ਟੋਟੀਆਂ ਦੀ ਤੂੰ ਹੀ ਜਾਣੇ ਮਾਨ ਵੀ ਤੈੰਨੀ ਸੀ ਲੱਗੀ ਦਾ ਜਨਤਾ ਦਾ ਕੰਮਲ ਹੀ ਸੀ ਪਿੱਟ ਪਿੱਟ ਹੰਬ ਗਈ ਸਾਡੇ ਘਰ ਦੇ ਰਾਜ ਹੀ ਸਾਡੇ ਘਰ ਦੇ ਰਾਜ ਹੀ ਤੁਸੀਂ ਕੌਣ ਤੁਸੀਂ ਕੌਣ ਦੇਖਣ ਵਾਲੇ ਤਾਂ ਤੁਹਾਨੂੰ ਲੋਕ ਹੀ ਆ ਜਦੋਂ ਸਾਰਾ ਕੁਝ ਬੀਜ ਜੇ ਨਾ ਬੰਦੇ ਨੂੰ ਉਦੋਂ ਸਮਝ ਆਉਂਦੀ ਹੈ ਵਾਕਈ ਨਹੀਂ ਯਾਰ ਸੋਸ਼ਲ ਮੀਡੀਆ ਵਾਕਈ ਪੈਸੇ ਕਮਾਉਣ ਦਾ ਜ਼ਰੀਆ ਸੀ ਬਸ ਆਪ ਦਾ ਟੱਬਰ ਨਹੀਂ ਲਿਓਣਾ ਚਾਹੀਦਾ ਜ ਨਹੀਂ ਕਰਨਾ ਚਾਹੀਦਾ ਸੀਗਾ ਚਲੋ ਅਗਲੀ ਵੀਡੀਓ ਕਦੀ ਰੋਇਆ ਤੇਰੇ ਲਈ ਟੁੱਟ ਚੁੱਕੀ ਮੈਂ ਤੁੱਟ ਗਿਆ ਨਹੀਂ ਟੁੱਟ ਚੁੱਕੀ ਮੈਂ ਆਏ ਹਾਈ ਕੁੜੀਆਂ ਵਾਲੇ ਗਾਣੇ ਤੇ ਰੀਲਾਂ ਪਾਣ ਲੱਗ ਗਏ ਹੁਣ ਇਹ ਮੈਨੂੰ ਲੱਗਦਾ ਇਹਦੀ ਨਾ ਉਹ ਸੇਵ ਲਿਸਟ ਚ ਮਾਨੀ ਨੇ ਸੇਵ ਕੀਤੇ ਹੋਣੇ ਆ ਤੇ ਉਹ ਇਹ ਉਹਦੇ ਤੇ ਰੀਲਾਂ ਬਣਾਈ ਜਾਂਦਾ ਹੁਣ ਹੁਣ ਵਿਚਾਰਾ ਚਾ ਲੈ ਅਗਲੀ ਰੀਲ ਹੂੰ ਪੁੱਲ ਨਹੀਂ ਜਾਂਦੀ ਅੱਛਾ ਕੀ ਕਰਗੀ ਯਾਰ ਕਸ਼ ਨਹੀਂ ਕਰਕੇ ਗਏ ਛੱਡ ਕੇ ਗਏ ਆ ਤੂੰ ਉਹ ਤਾਂ ਅਗਲੀ ਕਦੋਂ ਦੀ ਭੁੱਲ ਗਈ ਉਹਨੇ ਤਾਂ ਆਪਦਾ ਅਫੀਸ਼ੀਅਲ YouTube ਚੈਨਲ ਬਣਾ ਲਿਆ ਤੇਰਾ ਤਾਂ ਇਕੱਲਾ ਹੀ ਮਯੰਕ ਵਲੌਗਸ ਉਦੋਂ ਤਾਂ ਸ਼ੁਕਰ ਆ ਉਹਨੇ ਟਾਈਟਲ ਚ ਨਹੀਂ ਅਫੀਸ਼ੀਅਲ ਲਿਖ ਨਾ ਹੀ ਨਹੀਂ ਅਫੀਸ਼ੀਅਲ ਲਿਖਿਆ ਅਫੀਸ਼ੀਅਲ YouTube ਚੈਨਲ ਫੀਅਰ ਆਫ ਫੇਕ ਅਕਾਉਂਟਸ oh my god ਫੀਕ ਅਕਾਉਂਟ ਵੀ ਇਹਨਾਂ ਦੇ ਬੰਦੇ ਆ ਨਾ ਇਹ ਹੋਰ ਕਿਸੇ ਦਾ ਬੰਦਾ ਹੀ ਨਹੀਂ ਸਾਲਾ ਪਤਾ ਨਹੀਂ ਕੀ ਚੱਕਰ ਸੱਚੀ ਨਹੀਂ ਭੁੱਲੀ ਜਾਂਦੀ ਯਾਰ ਅੰਮੀਆਂ ਕਿ ਤਾਂ ਗਲਤ ਗੱਲਾਂ ਨਾ ਭੁੱਲਣਾ ਪਹਿਣਾ ਸੱਜਣਾ ਹੂੰ ਪਾਸਟ ਪਾਸਟ ਇਹਦਾ ਪਾਸਟ ਹੀ ਨਹੀਂ ਭੁੱਲਿਆ ਤੂੰ ਇਹਨੂੰ ਕਿੱਥੋਂ ਭੁੱਲ ਜਾਏ ਇਹ ਵੀ ਪਾਸਟ ਹੀ ਆ ਹੁਣ ਚਲ ਅਗਲੀ ਮੈਂ ਨੂੰ ਦੁਨੀਆ ਅੱਲਾ ਆ ਦੇਖ ਲੋ ਪੰਜਾਬ ਦਾ ਯੂਥ ਦੱਸ ਕਿਹੜੇ ਕੰਮ ਹੀ ਲੱਗਿਆ ਕੀ ਸਖਾਈ ਨਾ ਲੋਕਾਂ ਨੂੰ ਤੂੰ ਕੀ ਇਹ ਇਹ ਓ ਯਾਰ ਇਹ ਨਾ ਜਿੱਦੇ ਲਾਈਵ ਆਇਆ ਮੈਨੂੰ ਜਨਤਨ ਇਹਦੀ ਵੀਡੀਓ ਭੇਜੀਆਂ ਬਾਈ ਇਹ ਦੋ ਦੋ ਮਿੰਟ ਬਾਅਦ ਲਾਈਵ ਤੋਂ ਬਾਹਰ ਚਲ ਜਾਂਦਾ ਬੱਚਾ ਇਹ ਕਰਦਾ ਉਹ ਵੀ ਜੀ ਗੱਲਾਂ ਸਿਕਟਾ ਪਿੰਦਾ ਆਣਾ ਮੈਂ ਹੋਰ ਇੱਕ ਚਰਖਾ ਕੱਤਣ ਜਾਂਦਾ ਉਧਰ ਪਰ ਇਹ ਕੀ ਤੂੰ ਜੇ ਤੂੰ ਰੀਲ ਵਿਖਾਉਣੀ ਸੀ ਹਮਾਨੀ ਨੂੰ ਜਾਂ ਮਾਨੀ ਦੇ ਘਰ ਦੇ ਨੂੰ ਤੂੰ ਉਧੇ ਸੈਂਡ ਕਰ ਦਿਆ ਟੈਗ ਮਾਰ ਕੇ ਸਟੋਰੀ ਪਾ ਦਿੰਦਾ ਕਿਸ ਫੇਕ ਆਈਡੀ ਤੋਂ ਸੈਂਡ ਕਰ ਦਿੰਦਾ ਆਪਦੀ ਬਣਾ ਕੇ ਇਸ ਪੜ ਦੇ ਪਾਈ ਜਾਂਦਾ ਲੋਕਾਂ ਕੋਲ ਬੇਜਾਈ ਕਰਾਈਂਦਾ ਆਹ ਕਿਹੜੇ ਕੰਮੀ ਲੱਗੇ ਪੰਜਾਬ ਦਾ ਯੂਥ ਵੇਖ ਲਓ ਤੁਸੀਂ ਟੁੱਟ ਗਈ ਤਾਂ ਸਿਕਟਾ ਪਈ ਇਹਦੇ ਚ ਕੀ ਹਮਾਨੀ ਦੱਸਦੀ ਇਹਦਨ ਖਿੱਚੀ ਇਹਨਾਂ ਦਾ ਅਸਲ ਇਹ ਲੋਕਾਂ ਨੇ ਹੁੰਦਾ ਕਿ ਟੁੱਟ ਗਈ ਤਾਂ ਹਏ ਨਸ਼ਾ ਕਰਾਂਗੇ ਤਾਂ ਹੀ ਸੁੱਤਰ ਆਊਗਾ ਉਹ ਭਰਾਵਾ ਜਿਨੇ ਸਹਿਣੀ ਹੈ ਉਦਾਂ ਹੀ ਸਹਿ ਜਾਣੀ ਹੈ ਜਿਨੇ ਨਹੀਂ ਸਹਿਣੀ ਉਹ ਸਿਕਟਾ ਪਈ ਕਿਵੇਂ ਨਹੀਂ ਸਹਿ ਸਕਦਾ ਜਿਹੜੇ ਮਰਨੇ ਤੇ ਲੱਖ ਰੋẽਗੇ ਕੋਈ ਨਹੀਂ ਰਹੁੰਦਾ ਮੇਰੇ ਰੋਂਦੇ ਪੇ ਕੋਣ ਮਰਦਾ ਹੈ ਸਹੀ ਗੱਲ ਚਲੋ ਇਹ ਹਿੰਦੀ ਰੀਲਾਂ ਬਣਾਉਣ ਲੱਗ ਗਿਆ ਹੁਣ ਤੈਨੂੰ ਜ਼ਿਆਦਾ ਹੀ ਇਹ ਹਿੰਦੀ ਰੀਲਾਂ ਦੀ ਪਹਿਲਾਂ ਤਾਂ ਬੜਾ ਸੀਗਾ ਟੰਬਾ ਚੱਕ ਕੇ ਮਣਕਿਰ ਤੋੜਕ ਬਣਿਆ ਹੁੰਦਾ ਸੀ ਕੜਦੇ ਨੇ ਮਾਰਦੇ ਨੇ ਤੁਹਾਡੇ ਪਿਓ ਕੋਲੇ ਖਣ ਨੇ ਮੈਂ ਦੋਈ ਇਹਦੀ ਗੱਲ ਯਾਦ ਆਉਂਦੀ ਰਹਿੰਦੀ ਵਿਚਾਰੇ ਦੀ ਕਾਰ ਚਾਰ ਬੰਦੇ ਮਿਲੇ ਸੀ ਮੰਨ ਲਾ ਜੇ ਤੈਨੂੰ ਉਹੀ ਚਾਰ ਬੰਦੇ ਹੁਣ ਮਹਾਲੀ ਮਿਲ ਜਣ ਉਹ ਤੇਰੇ ਨਾਲ ਫਿਰ ਵੀ ਨਹੀਂ ਲੜਣਾ ਉਹਨਾਂ ਨੇ ਉਹਨਾਂ ਨੇ ਕਿਹਾ ਬਾਈ ਛੱਡ ਯਾਰ ਤੂੰ ਸਾਨੂੰ ਭਾਵੇਂ ਗਾਲ੍ਹਾਂ ਕੱਢ ਲੈ ਨੈਟ ਤੇ ਹੁਣ ਪਰ ਅਫਸੋਸ ਕਰਨਾ ਬੰਦਾ ਤੇਰੇ ਕੋਲੇ ਆ ਕੇ ਯਾਰ ਮੈਂ ਤਾਂ ਤੈਨੂੰ ਇੱਕੋ ਗੱਲ ਕਹੂੰਗਾ ਕੀ ਕਹਾਂਗਾ ਜੋ ਮੈਨਾਂ ਪਾਸਟ ਤੇ ਕਿਸੇ ਨੇ ਕੀਤਾ ਹੈਗਾ ਤੂੰ ਨਾ ਏਦਾਂ ਕਰੀ ਮੇਰੇ ਨਾਲ ਉਹ ਭਰਾਵਾ ਜਿਹੜੀ ਕੁੜੀ ਇਹਦੇ ਨਾਲ ਪਾਸਟ ਚ ਸੀਗੀ ਜਿਹਦਾ ਮੈਂ ਰੋਸਟ ਕੀਤਾ ਸੀ ਪਹਿਲਾਂ ਵਾਲੀ ਉਹ ਸੋਚਦੀ ਹੋਣੀ ਆ ਕਿਹਦਾ ਬੰਦਾ ਹੈ ਸਾਲਾ ਮੈਨੂੰ ਹਜੇ ਤੱਕ ਜਲੀਲ ਕਰੀ ਜਾਂਦਾ ਇੰਨੀ ਤਾਂ ਹਮਾਨੀ ਬਦਨਾਮ ਨਹੀਂ ਹੋਈ ਜਿੰਨੀ ਪਾਸਟ ਵਾਲੀ ਬਦਨਾਮ ਹੋ ਗਈ ਪਾਸਟ ਵਾਲੇ ਦੇ ਘਰ ਦੇ ਕਿੱਥੇ ਆ ਮੈਨੂੰ ਸਮਝ ਨਹੀਂ ਆਉਂਦਾ ਇਹਨੂੰ ਬੁਲੇਟੋ ਪੜ੍ਹ ਕੇ ਖਾਂ ਵਾਰ-ਵਾਰ ਤੁਹਾਡੀ ਕੁੜੀ ਪਾਸਟ ਪਾਸਟ ਹੀ ਨਾਂ ਰੱਖਦਾ ਉਹ ਜਿੱਥੇ ਪੜਦੀ ਹੋਣੀ ਹੈ ਵਿਚਾਰੀ ਉਹਦਾ ਨਾਂ ਹੀ ਪਾਸਟ ਰੱਖਦਾ ਨਾ ਪਾਸਟ ਪ੍ਰੀਤਕਾਰ ਚਾ ਲੋ ਤੂੰ ਠੀਕ ਰਹੀ ਬਸ ਉਹ ਤਾਂ ਠੀਕ ਹੀ ਐ ਤੂੰ ਆਪ ਦਾ ਧਿਆਨ ਦੇਖ ਤੈਨੂੰ ਟੱਟੀਆਂ ਲੱਗ ਜਾਣ ਉਹ ਅਗਲੀ ਨਿਆਰੇ ਲੈਂਦੀ ਹੈ ਵਧੀਆ ਅਫੀਸ਼ੀਅਲ ਪਤਾ ਹੀ ਤੈਨੂੰ ਹੂੰ ਹੋਰ ਨਹੀਂ ਕੋ ਚਾਹੀਦਾ ਹੋਰ ਨਹੀਂ ਕੋ ਚਾਹੀਦਾ ਤੂੰ ਵੀ ਨਹੀਂ ਚੱਲੋ ਚਾਹੀਦੀ ਉਹ ਵੀ ਨਹੀਂ ਚਾਹੀਦੀ ਚਾਹੀਦੀ ਆ ਆ ਗਈ ਅਨ ਤੂੰ ਵੀ ਨਹੀਂ ਜੇ ਤੂੰ ਪਾ ਨਾ ਰੀਲਣਾ ਫਿਰ ਚੋੜ ਚੱਕ ਲਈਆਂ ਅਗਲੀ ਤਾਂ ਕਈ ਕੁਝ ਬੰਦਿਆਂ ਦੀ ਬੇਇੱਜ਼ਤੀ ਮੈਂ ਤਾਣੀ ਕਰਦੀ ਚੱਲ ਬਣੀ ਤਾਂ ਬਣੀ ਰਹਿੰਦੇ ਤੂੰ ਵੀ ਪਾ ਦੇ ਮੈਂ ਵੀ ਨਹੀਂ ਕਰਦਾ ਬਣੀ ਤਾਂ ਬਣੀ ਰਹਿੰਦੇ ਵਾ ਪਾਸਟ ਲੈ ਕਹਿੰਦਾ ਚਾਹੀਦੀ ਏ ਯਾਰ ਇਹ ਤਾਂ ਐਂ ਕਰੀ ਜਾਂਦਾ ਜਿਵੇਂ OS ਬੰਗੀ ਜਾਂਦਾ ਹੁੰਦਾ ਲੈਣਾ ਨਹੀਂ ਚੱਲ ਦਵਾ ਦੇ ਵਾਕੀ ਵੈਸੇ ਬੜਾ ਮਾੜਾ ਆ ਯਾਰ ਗੱਲ ਤਾਂ ਅਫਸੋਸ ਵਾਲੀ ਹੈ ਪਰ ਕੀ ਕਰੀ ਹੁਣ ਜਦੋਂ ਆਪ ਹੀ ਤਮਾਸ਼ਾ ਬਣਾਇਆ ਤਾਂ ਰੇਖਾਂ ਦਾ ਬੰਦਾ ਹੀ ਆ ਹੂੰ ਪਰ ਮੇਰਾ ਸਾਥ ਆ ਨਹੀਂ ਦਿੱਤਾ ਨਹੀਂ ਦਿੱਤਾ ਯਾਰ ਕੋਈ ਗੱਲ ਨਹੀਂ ਦਿੱਤਾ ਦਾ ਉਈ ਹੋਰ ਦੇ ਦੂਗਾ ਇਹ ਵੀ ਪਾਸਟ ਚ ਕਾਊਂਟ ਕਰ ਲਾ ਜਿਵੇਂ ਬਿੱਲਾਂ ਲਈ ਦੋ ਕਰ ਗਿਆ ਇੱਕ ਇੱਕ ਗੱਲ ਹੋਰ ਵੇਖੀ ਸੱਚ ਮੈਂ ਇਹ ਆਂਦਾ ਕਿ ਤੂੰ ਤਾਂ ਉਹ ਪਹਿਲੀ ਸੀ ਤੂੰ ਦੂਜੀ ਸੀ ਤੇ ਸਮ੍ਰਿਧੀ ਉਹ ਕਿੰਨੀ ਸੀਗੀ ਜਨਤਾ ਮੈਨੂੰ ਕਮੈਂਟਾਂ 'ਚ ਆਖੀਂਦੇ ਬਾਈ ਉਹ ਪਹਿਲੀ ਸੀਗੀ ਦੂਜੀ ਸਮ੍ਰਿਧੀ ਸੀ ਤੀਜੀ ਮਾਨੀ ਸੀ ਇੱਕ ਹੋਰ ਸੀ ਉਹਦਾ ਨਾਂ ਭੁੱਲ ਗਿਆ ਮੈਂ ਮਾਨੀ ਤੀਜੀ ਵੀ ਨਹੀਂ ਸੀ ਮਾਨੀ ਚੌਥੀ ਸੀ ਓ ਵੀ ਸੀ ਕੋਈ ਉਹ ਤਾਂ ਇਹਨੇ ਅਪਡੇਟ ਨਹੀਂ ਦਿੱਤਾ ਨੈਟ ਤੇ ਜਨਤਾ ਮੈਨੂੰ ਦਿਖਾਈ ਜਾਵੇ ਬਾਈ ਸਾਨੂੰ ਪਤਾ ਸਾਡੇ ਨਾਲ ਟੂਸ਼ਨ ਤੇ ਪੜਤੀ ਸੀ ਮੈਂ ਮੈਂ ਕੀ ਲੈਣਾ ਜਨਤਾ ਚੱਠੇ ਬਾਹਲੇ ਖੋਲਣਾ ਆ ਜਾਂਦੀ ਛੇਤੀ ਜਨਤਾ ਛੱਡੋ ਇਹਨਾਂ ਦੇ ਆਪ ਦੇ ਰਿਸ਼ਤੇਦਾਰ ਹੀ ਨਹੀਂ ਸੁੱਤਰ ਆਉਂਦੇ ਇਹਨਾਂ ਦੇ ਨਹੀਂ ਮੰਨੀਦੇ ਸੀ ਸੱਚ ਇਹਦੇ ਸਹੀ ਰਿਸ਼ਤੇਦਾਰ ਬੁੱਲੀ ਨਹੀਂ ਜਾਂਦੀ ਕੀ ਕਰ ਗਈ ਯਾਰ ਉਸ ਕਮਾਲ ਦੀ ਗੱਲ ਲੈਣਾ ਕੀ ਯਾਰ ਤੈਨੂੰ ਹੋਰ ਕੰਮ ਹੀ ਨਹੀਂ ਮਿਲਿਆ ਵੈਸੇ ਤੂੰ ਵੀ ਪਾਰੀਲਾ ਵਧੀਆ ਇੰਜੋਏ ਕਰ ਆਪਦੀ ਜ਼ਿੰਦਗੀ ਨੂੰ ਠੀਕਾ ਜੋ ਬੀਤ ਗਿਆ ਠੀਕਾ ਨਹੀਂ ਵਾਪਸ ਆ ਸਕਦੇ ਹੁੰਦੇ ਨੇ ਉਹ ਇਹ ਥੋੜੀ ਗਾਂ ਵਾਲੀ ਸਾਰੀ ਜ਼ਿੰਦਗੀ ਗਾਲ ਦੇਣੀ ਆ ਜੇ ਤੂੰ ਸਿਕਟਾ ਪੀਣਾਂ ਲੋਕਾਂ ਨੇ ਤਾਂ ਵੀ ਤੈਨੂੰ ਗਾਲਾਂ ਕੱਢਣੀਆਂ ਰੋਣਾ ਤਾਂ ਵੀ ਗਾਲਾਂ ਕੱਢਣੀਆਂ ਇਦੋਂ ਚੰਗਾ ਤੂੰ ਹਾਸੇ ਵਾਲੀ ਰੀਲ ਨਹੀਂ ਪਾਲਾ ਕੋਈ ਗੱਲ ਨਹੀਂ ਚਾਰ ਦਿਨ ਦਾ ਸ਼ੌਂਕ ਸੀ ਲੋਕਾਂ ਨੇ ਕਹਿ ਕੇ ਕਰਦਾਂ ਖਤਮ ਮਾਨੀ ਨੇ ਵੀ ਅਫੀਸ਼ੀਅਲ ਖੋਲ ਲਿਆ ਤਾਂ ਤੂੰ ਵੀ ਵਲੌਗ ਨੂੰ ਪਾਇਆ ਕਰ ਇਹੀ ਤੇ ਚੰਡੀਗੜ੍ਹ ਵਲੌਗ ਪਾਉਂਦਾ ਵੀ ਚਲੋ ਬਾਏ ਬਾਏ ਲਾਸਟ ਵਾਰੀ ਚੰਡੀਗੜ੍ਹ ਦੇ ਘਰ ਨੂੰ ਵਾਪਸ ਚੱਲੇ ਆ ਕਿਹ ਪਤਾ ਬਣਾਈ ਬੈਠਾ ਹੋਵੇ ਹਾਲੇ ਤਾਂ ਰੀਲ ਹੀ ਪਾਈ ਜਾਣੇ ਬਾਕੀ ਕੁਝ ਕਹਿ ਨਹੀਂ ਸਕਦੇ ਹੂੰ ਲੇ ਹੋ 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 ਬਾਕੀ ਬਹੁਤ ਮਾੜਾ ਆਇਆ ਵੈਸੇ ਯਾਰ ਇਹਨਾਂ ਤਾਂ ਆਪਾਂ ਵੀ ਨਹੀਂ ਸੋਚਿਆ ਸੀਗਾ ਹੂੰ ਜਿੰਨਾ ਹੋ ਗਿਆ ਪਰ ਰੱਬ ਦੇ ਰੰਗ ਆ ਭਾਈ ਕੀ ਕਹਿ ਸਕਦੇ ਹੁਣ ਅਲੜੋਂ ਅਲੜਤਾ ਉਮਰ ਹੀ ਨਹੀਂ ਸੀਗੀ ਆਓ ਪੇਪਰ ਦੇਣ ਵਾਲੀ ਉਮਰ ਸੀ ਅਲੜ ਵੀ ਨਹੀਂ ਆਈ ਸੀ ਅਜੇ ਤਾਂ ਕਮੈਂਟ ਪੜ ਲੀਏ ਬਿੱਲ ਹਾਏ bro ਮੈਂ ਕੈਨੇਡਾ ਤੋਂ ਆ ਮੇਰੀ ਲਾਈਫ ਬੜੀ ਸਟ੍ਰੈਸਫੁਲ ਚੱਲ ਰਹੀ ਆ ਆ ਦੇਖ ਦੁਖੀ ਲੋਕ ਤੁਸੀਂ ਆਪਦੇ ਚ ਰੋਲੇ ਫਿਰਦੇ ਹੋ ਆ ਸਟ੍ਰੈਸਫੁਲ ਲਾਈਫ ਕੰਮਕਾਰ ਵਾਲੇ ਬੱਚਿਆਂ ਦੀ ਬਟ ਜਦੋਂ ਮੈਂ ਤੁਹਾਡਾ ਰਮਾਂਚੀ ਪ੍ਰੋਗਰਾਮ ਦੇਖਦੀ ਆ ਸੀਰੀਸ ਹੀ ਸਟ्रेस ਡਿਫ ਹੋ ਜਾਂਦਾ ਜੋਬ ਤੋਂ ਘਰ ਆਉਂਦੀ ਤੁਹਾਡੀ ਵੀਡੀਓ ਲਗਾ ਕੇ ਬੈਠ ਜਾਂਦੀ ਮੈਂ ਬਹੁਤ ਦੱਸਦੀਆਂ ਬਹੁਤ ਫਨੀ ਵੀਡੀਓ ਹੁੰਦੀਆਂ ਤੁਹਾਡੀਆਂ ਦਿਲੋਂ ਥੈਂਕਸ ਤੁਹਾਡਾ ਗੋਡ ਬlesਸ ਯੂ ਬ੍ਰੋ ਹਮੇਸ਼ਾ ਇਦਾਂ ਹੀ ਹੱਸਦੇ ਰਹੋ ਹਸਉਂਦੇ ਰਹੋ ਆ ਦੇਖ ਕੰਮ ਵਾਲੇ ਬੰਦੇ ਤੁਸੀਂ ਕਿੱਥੇ ਜਾਂਦੇ ਹੋ ਸਬਜ਼ੀ ਲੈਣ ਜਾਂਦੇ ਹੋ ਉਹ ਵੀ ਨਹੀਂ ਜਾਂਦੇ ਓਏ ਤੂੰ ਜਿੰਮ ਵੀ ਜਾਂਦਾ ਹੁੰਦਾ ਹੁੰਦਾ ਛੱਡ ਤੀ ਹੁਣ ਤਾਂ ਤੇਰਾ ਡੋਲਾ ਵੀ ਫਿਸ ਜਾਊਗਾ ਹੂੰ ਕਾ ਚਲੋ ਅਗਲਾ ਕਮੈਂਟ ਪੜੀਏ ਵੀਰੇ ਮੈਂ ਇੰਗਲੈਂਡ ਤੋਂ ਆ ਟ੍ਰੱਕ ਡਰਾਈਵਰ ਆ ਆਲਵੇਸ ਡਰਾਈਵ ਕਰਦੇ ਰਮਾਂਚੀਪੁਰੋਂ ਦੇਖਦਾ ਬ్రో ਭਰਾਵਾ ਡਰਾਈਵ ਕਰਦੇ ਤੇ ਵੇਖਦਾ ਪਰ ਧਿਆਨ ਨਾਲ ਨਜ਼ਾਰਾ ਆ ਜਾਂਦਾ ਦੇਖਣ ਚ ਸੱਚੀ ਵੀਰ ਤੁਸੀਂ ਇਦਾਂ ਹੀ ਲੋਕਾਂ ਦੇ ਪਤਾ ਨਹੀਂ ਕਿੱਦਾਂ ਇੰਨੀ ਧੇਰ ਵਲੌਗਸ ਦੇਖ ਲੈਂਦੇ ਹੋ ਭਰਾਵਾ ਕੀ ਕਰੀਏ ਕੰਮ ਆ ਹੁਣ ਇਹ ਵੀ ਤਾਂ ਜ਼ਰੂਰੀ ਪਤਾ ਕੀ ਮੈਂ ਜਿਵੇਂ ਰੋਸਟ ਕਰਦਾ ਸੀ ਅੱਗੇ ਮੈਂ ਵਲੌਗ ਵੀ ਪਾਉਂਦਾ ਸੀ ਮੇਰੇ ਇੱਕ ਦਿਨ ਵਲੌਗ ਨਾ ਆਵੇ ਰੋਸਟ ਨਾ ਆਵੇ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਸੀ ਹਣਾ ਮੈਨੂੰ ਆਉਂਦਾ ਕੋਈ ਨਾ ਯਾਰ ਕੱਲ ਪਾ ਦਾਂਗੇ ਲੋਕ ਕਿੰਨਾ ਕਿ ਡਿੱਕੀ ਪਰ ਰਮਾਂਚੀ ਕਲੇ ਜਨਤਾ ਆਖਦੀ ਬਾਈ ਅਸ ਤਾਂ ਬੈਠੇ ਡ ਕਈ ਵਾਰੀ ਮੇਰਾ ਰੋਮਾਂਚਿਕ ਪ੍ਰੋਗਰਾਮ ਹੁੰਦਾ ਮੈਂ ਕਿਹੜਾ ਰੋਮਾਂਚਿਕ ਪ੍ਰੋਗਰਾਮ ਰਾਤ ਨੂੰ 8 ਵਜੇ ਆਇਆ ਸੀ ਉਹਨਾ 1 ਘੰਟੇ ਵਾਲੀ ਸੀਰੀਜ਼ ਜਿਹੜੀ ਉਹ ਰੋਮਾਂਚਿਕ ਪ੍ਰੋਗਰਾਮ ਨਹੀਂ ਉਹ ਤਾਂ ਸੀਰੀਜ਼ ਸੀ ਸੀਰੀਜ਼ ਵੀ ਨਹੀਂ ਸੀ ਉਹ ਤਾਂ ਪੋਡਕਾਸਟ ਕੀ ਕਹਾਂ ਹੁਣ ਮੈਂ ਐਪੀਸੋਡ ਹੀ ਸੀਗਾ ਤੇ ਜਨਤਾ ਕਹਿਣ ਲੱਗੀ ਨੇ ਬਾਈ ਤੇਰਾ ਰੋਮਾਂਚਿਕ ਪ੍ਰੋਗਰਾਮ 3 ਵਜੇ ਲੱਗ ਜਾਂਦੇ ਸੀਕਰ ਦੁਪਹਿਰੇ ਉਹ ਭਰਾਵਾ 12 1 ਵਜੇ ਤਾਂ ਸ਼ੂਟ ਕਰਦਾ ਕੋ 4-5 ਘੰਟੇ ਐਡੀਟਿੰਗ ਤੇ ਲੱਗਦੇ ਆ ਇਹ ਥੋੜੀ ਹੁਣ ਸੇਵ ਵੀ ਹੋਣਾ ਹੁੰਦਾ ਅਪਲੋਡ ਵੀ ਹੋਣਾ ਹੁੰਦਾ ਉਹਨੇ ਵੇਟ ਕਰਿਆ ਕਰੋ ਰੋਮਾਂਚਿਕ ਪ੍ਰੋਗਰਾਮ ਆਇਆ ਹੀ ਕਰੂਗਾ ਮੇਰਾ ਪਾਉ ਉਹਨੂੰ ਤਾਂ ਜੀ ਨਹੀਂ ਬਸ ਮੈਂ ਤੁਹਾਡੇ ਕਰਕੇ ਚਲੋ ਪਿਆਰ ਆ ਸਾਰਿਆਂ ਨਾਲ ਪਾਉਂਗਾ ਜ਼ਰੂਰ ਪਰ ਮੈਂ ਇੱਕ ਅੱਧਾ ਹੀ ਪਾਉਂਗਾ ਪਰ ਮਿਆਂ ਕਿੰਗੋ ਨਹੀਂ ਪਾਣੇ ਫਿਰ ਮਾ ਤੁਹਾਨੂੰ ਪਤਾ ਹੈ ਫਿਰ ਓ ਖਾਇਮ ਦਾ ਕੰਮ ਚਲੋ ਅਗੋ ਕੀ ਕਹਿੰਦਾ ਸੀ ਗੋ ਬਾਈ ਇਹ ਤਾਂ ਕਮੈਂਟ ਵਿੱਚ ਰਹਿ ਗਿਆ ਭਾਈ ਦਾ ਲੋਕਾਂ ਦਾ ਪਤਾ ਨਹੀਂ ਸਹੀ ਦੇਖ ਲੈਂਦੇ ਹੋ ਸਿਰਫ ਤੁਹਾਡੇ ਨਮਨ ਚਿਕ ਪਰੋਂ ਦੇ ਪਤਾ ਲੱਗਦਾ ਹੈ ਕਿ ਇਹ ਦੋਨੋਂ ਦਿੱਲੀ ਵਾਲੇ ਇਦਾਂ ਲੱਗਦਾ ਪ੍ਰੈਂਕ ਕਰ ਰਹੇ ਆ ਉਹ ਲੱਗਦਾ ਮੈਨੂੰ ਹੀ ਪ੍ਰੈਂਕ ਕਰ ਰਹੇ ਆ ਡਰਾਈਵ ਕਰਦੇ ਆ ਤੁਹਾਡੇ ਪ੍ਰੋਫਾਈਲ ਨੂੰ ਦੇਖਦੇ ਆ ਬਰੋ ਵਧੀਆ ਲੱਗਦਾ ਸਾਰੇ ਪ੍ਰੋਫਾਈਲ ਨੂੰ ਦੇਖਦਾ ਬਰੋ ਰੋਇ ਲਾਈਵ ਲਵ ਯੂ ਵੀਰੇ ਲਵ ਫਰਮ ਇੰਗਲੈਂਡ ਸ਼ੁਕਰੀਆ ਪ੍ਰਾ ਬਹੁਤ ਬਹੁਤ ਗਰ ਲਾਲ ਬਾਬਾ ਪਹੁੰਚ ਗਿਆ ਉਹਨੂੰ ਟਰੱਕ ਤੇ ਲੈ ਜੀ ਪਿੱਛੇ ਡਾਲੇ ਸਿੱਟ ਕੇ ਹੂੰ ਚਲੋ ਆਵਲਾ ਕਮੈਂਟ ਹੇ ਪਲੀਜ਼ ਮੇਰਾ ਕਮੈਂਟ ਹੇ ਪਲੀਜ਼ ਮੇਰਾ ਕਮੈਂਟ ਪਲੀਜ਼ ਪੜਿਓ ਆਮ ਫਰਮ ਲੁਧਿਆਣਾ ਮੇਰੀ ਲਾਈਵ ਚ ਬਹੁਤ ਲਾਈਵ ਚ ਬਹੁਤ ਦੁੱਖ ਦੇਖਿਆ ਕੁਝ ਦੇਖਿਆ ਤਾਂ ਮੈਂ ਆ ਉਹਦੇ ਵੱਲੇ ਜੋੜ ਲੈਣਾ ਹੈ ਬਟ ਸਟਰਗਲ ਵੀ ਕੀਤੀ ਆ ਬਹੁਤ ਸਟਰਗਲ ਵੀ ਕੀਤੀ ਆ ਮੈਂ ਇੱਕ ਗੱਲ ਦੱਸਣੀ ਚਾਹਣੀ ਆ ਤੁਹਾਡੇ ਇਸ ਦੇ ਥਰੂ ਤੁਹਾਡੇ ਲੋਕਾਂ ਨੂੰ ਅੱਛਾ ਮੇਰੇ ਥਰੂ ਮੇਰੇ ਲੋਕ मतलब ਮੇਰੀ ਸਮਾਜ ਚ ਸ਼ਾਇਦ ਹੋਰ ਮੋਟੀਵੇਸ਼ਨ ਮਿਲੇ ਮੇਰੀ ਫੈਮਲੀ ਇਸ਼ੂ ਬਹੁਤ ਰਏ ਆ ਮੇਰੀ ਫੈਮਲੀ ਚ ਮੈਂ ਤੇ ਮੇਰੇ ਮਮ ਵੀ ਸੀ ਬਟ ਅਪ੍ਰੈਲ ਚ ਉਹਨਾਂ ਦੀ ਵੀ ਡੈਥ ਹੋ ਗਈ ਓਹ ਹੋ ਮੈਂ ਸਿੰਗਲ ਚਾਈਲਡ ਚ ਮੈਂ ਸਿੰਗਲ ਚਾਈਲਡ ਚ ਡੈਡ ਦੀ ਡੈਥ ਤੋਂ ਪਹਿਲਾਂ ਹੋ ਗਈ ਸੀ ਮਮ ਦੇ ਜਾਣ ਤੋਂ ਬਾਅਦ ਮੈਂ ਬਹੁਤ ਡਿਪਰੈਸ਼ਨ ਚ ਹੋ ਗਈ ਬਟ ਤੁਹਾਡੇ ਵਰਗੇ ਲੋਕ ਸਾਨੂੰ ਮੋਟੀਵੇਟ ਕਰਦੇ ਅਸੀਂ ਕਿੱਥੋਂ ਮੋਟੀਵੇਟ ਕਰਨ ਵਾਲੇ ਹਾਂ ਸ ਤੇ ਪੋਜ਼ਿਟਿਵ ਮੈਸੇਜ ਛੱਡਣ ਛੱਡਦੇ ਹਾਂ ਬਸ ਕਈਆਂ ਨੂੰ ਮੋਟੀਵੇਸ਼ਨ ਲੱਗਦੀ ਆ ਪਰ ਮੈਂ ਇਹ ਨਹੀਂ ਕਿ ਸਾਰੀਆਂ ਚੀਜ਼ਾਂ ਮੈਂ ਆਪਦੀ ਜ਼ਿੰਦਗੀ ਤੋਂ ਐਕਸਪੀਰੀਅੰਸ ਕੀਤੀਆਂ ਮੈਂ ਨੈਟ ਤੋਂ ਬਹੁਤ ਐਕਸਪੀਰੀਅੰਸ ਕੀਤੀਆਂ ਲੋਕ ਆ ਸਾਰੀ ਦਿਹਾੜੀ ਅਸੀਂ ਕੀ ਵੇਖੀਦੇ ਨੈਟ ਤੇ ਆ ਹੀ ਕੁਝ ਤਾਂ ਵੇਖੀਦਾ ਕੀ ਕੁਝ ਬੀਤੀ ਜਾਂਦਾ ਕੀ ਨਹੀਂ ਬੀਤੀ ਇਹਦੇ ਸਿੱਟਾ ਕੀ ਤੇ ਕੀ ਨਹੀਂ ਹੈ ਪਰ ਕਈਆਂ ਨੂੰ ਫਿਰ ਵੀ ਗੱਲ ਬੁਰੀ ਲੱਗਦੀ ਆ ਤੂੰ ਇਹ ਕਹਿ ਕੇ ਦਦ ਦਿੱਤੀ ਤੂੰ ਬੀਏ ਵਾਲਿਆਂ ਨੂੰ ਮਾੜਾ ਬੋਲਤਾ ਬੀਏ ਕੀ ਸਬਜੈਕਟ ਨਹੀਂ ਗਾ ਤੂੰ ਸਰਕਾਰੀ ਨੌਕਰੀ ਵਾਲਾ ਨੂੰ ਮਾੜਾ ਆਖ ਦਿੰਨਾ ਸਰਕਾਰੀ ਕੀ ਨੌਕਰੀ ਨਹੀਂ ਉਹ ਭਰਾਵਾ ਹਰੇਕ ਦਾ ਆਪ ਦਾ ਆਪ ਦਾ ਹੁਣ ਮੈਂ ਜੇ ਮੈਂ ਕਿਸੇ ਰੱਬ ਦਾ ਨਾਮ ਹੀ ਲਵਾਂਗੇ ਤੁਸੀਂ ਆਖੋਗੇ ਇਹ ਨਹੀਂ ਵਧੀਆ ਦੂਜਾ ਰੱਬ ਵਧੀਆ ਹੈ ਇਹ ਤਾਂ ਵਧੀਆ ਨਹੀਂ ਬਾਬਾ ਸਮਝਦੇ ਹੋ ਉਸ ਹਾਵਾਂ ਲੋਕਾਂ ਦਾ ਅੱਜ ਕੱਲ ਕੀ ਕਹਾਂ ਹੁਣ ਮੈਂ ਤੁਹਾਡਾ ਰਮਾਂਚਿਕ ਦੀ ਰੋਇ ਵੇਟ ਕਰਦੇ ਬਹੁਤ ਵਧੀਆ ਹੁੰਦੇ ਆ ਸਾਡੇ ਵਰਗਿਆਂ ਲਈ ਜੋ ਲਾਈਫ ਚ ਇਕੱਲਾ ਉਹਨਾਂ ਨੂੰ ਮੋਟੀਵੇਟ ਕਰਦੇ ਆ ਬਹੁਤ ਵਧੀਆ ਵੀਰੇ ਗੋਡ ਬlesਸ ਯੂ ਪਲੀਜ਼ ਕੰਟੀਨਿਊ ਰੱਖਿਓ ਬਰੋ ਸ਼ੁਕਰੀਆ ਭੈਣੇ ਬਹੁਤ ਬਹੁਤ ਧੰਨਵਾਦ ਲਾਈਫ ਚ ਕਦੇ ਵੀ ਕੁਝ ਰੁਕਣ ਨਹੀਂ ਲੱਗਿਆ ਕੋਈ ਗੱਲ ਨਹੀਂ ਰੱਬ ਦਾ ਭਾਣਾ ਮੰਨ ਕੇ ਬਸ ਮਿਹਨਤ ਕਰੋ ਜਿੰਨੀ ਕਰਨੀ ਆ ਸੋ ਗੋਡ ਬlesਸ ਯੂ ਸਾਰਿਆਂ ਨੂੰ ਹੀ ਸੋ ਇਹ ਸੀ ਅੱਜ ਦਾ ਰੋਮਾਂਟਿਕ ਪ੍ਰੋਗਰਾਮ ਬਾਕੀ ਗਲਤ ਗੱਲ ਆ ਯਾਰ ਸਿੱਟਾ ਤਾਂ ਕੱਢਣਾ ਚਾਹੀਦਾ ਵੈਸੇ ਮੈਂ ਕੀ ਮਾਨੀ ਨੂੰ ਹਣਾ ਮਾਨੀ ਨੇ ਤਾਂ ਅੱਗੋ ਕਹਿੰਦਾ ਕਹਿੰਦਾ ਫਿਰ ਕੀ ਹੋਇਆ ਕੀ ਪਤਾ ਅੰਦਰੋਂ ਦੁਖੀ ਹੋਵੇ ਬਾਹਰੋਂ ਰੀਲਾਂ ਤੇ ਖੁਸ਼ ਹੋਵੇ ਤੇ ਤੂੰ ਵੀ ਖੁਸ਼ ਰਹਿਣਾ ਰੀਲਾਂ ਤੇ ਤੂੰ ਤਾਂ ਐ ਤੂੰ ਆ ਭਰਦਾ ਅੰਦਰ ਜਿਵੇਂ ਪਤਾ ਨਹੀਂ ਥਰਮਲ ਲੱਗਾ ਹੁੰਦਾ ਤੇਰੇ ਅੰਦਰ ਹੂੰ ਜਦੋਂ ਯਾਰ ਸਿਕ ਅੱਜ ਤੱਕ ਇਹਨਾਂ ਨੇ ਕੋਈ ਮੈਸੇਜ ਨਹੀਂ ਦਿੱਤਾ ਪੰਜਾਬ ਦੇ ਯੂਥ ਨੂੰ ਜਿੰਨਾ ਮੈਸੇਜ ਦਿੱਤਾ ਪੁੱਠਾ ਸਿੱਧਾ ਹੀ ਦਿੱਤਾ ਕੀ ਯਾਰ ਕੀ ਕਰੇ ਕਹਿੰਦਾ ਲੋਕਾਂ ਦੀਆਂ ਟੁੱਟਦੀਆਂ ਵੇਖੀਆਂ ਸੀ ਮੈਨੂੰ ਨਹੀਂ ਪਤਾ ਸੀ ਮੇਰੀ ਵੀ ਟੁੱਟ ਜੂਗੀ ਕੰਮ ਹੀ ਹੋ ਸੀਗੇ ਜਦੋਂ ਹਟਦੇ ਤਾਂ ਹੈ ਨਹੀਂ ਸਾਰੀ ਢੜੀ ਉਤੋਂ ਵੀ ਕਹਿੰਦੀ ਮੈਂ ਮੈਂ ਕਿਸੇ ਸਿਰ ਤੇ ਆਈਆਂ ਹੁਣ ਮੈਂ ਆਪ ਹੀ ਚੱਲ ਕੇ ਵਿਖਾਵਾਂਗੀ ਅਫੀਸ਼ੀਅਲ ਚਲੋ ਉਹ ਸਟ੍ਰੈਟਜੀ ਤਾਂ ਨਹੀਂ ਸਹੀ ਕਿਤੇ ਵੀ ਜਾ ਕੇ ਪਹਿਲਾਂ ਉਹਨਾਂ ਨਾਲ ਗੱਲ ਕਰ ਲਾਂ ਪ੍ਰਪੋਜ਼ਲ ਆਲਾ ਗੱਲਬਾਤ ਹੋ ਜੇ ਸਭ ਕੁਝ ਹੋ ਜੇ ਬਾਜੀ ਟੁੱਟ ਜੇ ਮੈਂ ਆਫੇਮਸ ਹੋ ਜਾ ਕੱਲੀ ਨਹੀਂ ਐਡਾ ਵੱਡਾ ਦਿਮਾਗ ਤਾਂ ਕਿੱਥੋਂ ਆਇਆ ਤਾਂ ਬਣੀ ਇਸ ਤੋਂ ਜ਼ਿਆਦਾ ਹੋ ਗਿਆ ਦਿਮਾਗ ਚਲੋ ਸੋ ਓਕੇ ਜੀ ਬਾ ਮਿਲਦੇ ਫਿਰ ਗੱਲਾਂ ਬਾਤਾਂ ਦੇ ਰੋਮਾਂਟਿਕ ਸੀਰੀਜ਼ਾਂ ਦੇ ਵਿੱਚ ਸੋ ਸਬਸਕ੍ਰਾਈਬ ਕਰਦੇ ਚੈਨਲ ਨੂੰ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪ੍ਰਾਈਵੇਟ ਰੱਖਿਆ ਕਰੋ ਆਪਦੀ ਜ਼ਿੰਦਗੀ ਨੂੰ ਆਪਦੇ ਰਿਲੇਸ਼ਨਾਂ ਨੂੰ ਤੇ ਆਪਦੀ ਫੈਮਿਲੀ ਨੂੰ ਟੂ ਮੱਚ ਇੰਪੋਰਟੈਂਟ ਹੈ ਇਹ ਅੱਜ ਦੇ ਟਾਈਮ 'ਚ ਫਰਕ ਤਾਂ ਕੋਈ ਨਹੀਂ ਕੀ ਕਰਨਾ ਇਹੋ ਜਿਹਾ ਪੈਸਾ ਛਾਪ ਕੇ ਬਾਅਦ ਚੋ ਜਿਹੜਾ ਤੰਗੀ ਕਰੇ ਜਿਵੇਂ ਇਹ ਹੋਈ ਜਾਂਦੇ ਹੁਣ ਵਿਚਾਰੇ ਚਲੋ ਬਾਏ ਸਬਸਕ੍ਰਾਈਬ ਕਰਦੇ ਚੈਨਲ ਨੂੰ ਤੇ ਇੰਸਟਾ ਸਨੈਪਚੈਟ ਅੱਗੇ ਮੇਰਾ ਉੱਥੇ ਮੈਨੂੰ ਐਡ ਕਰ ਲਿਓ ਬਈ ਕਲੀਆਂ ਦੀ ਨੌਲੇਜ ਬਥੇਰੀ ਜੱਟ ਨੂੰ ਨਹੀਂ ਹਲੇ ਲਿਖਦਾ ਨਹੀਂ ਗਾਣੇ ਮਹਿਕਤਾ ਪਾਪਾ